ਹੈਲੋ ਸਟੂਡੈਂਟਸ ਆਈ ਐਮ ਸ੍ਰੇਸ਼ਟਾ ਗੁਪਤਾ ਫਰਮ ਡਾਕਟਰ ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਇਨ ਟੁਡੇਜ਼ ਸੈਸ਼ਨ ਵੀ ਵਿਲ ਡਿਸਕਸ ਆਬਜੈਕਟਿਵ ਟਾਈਪ ਕੁਐਸਚਨਸ ਆਫ ਦਾ ਪੋਇਮ ਮਦਰਸ ਡੇ ਰਿਟਨ ਬਾਈ ਸ਼ਿਵ ਕੇ ਕੁਮਾਰ ਸੋ ਲੈਟਸ ਸਟਾਰਟ ਕੁਐਸਚਨ ਨੰਬਰ 1 ਇੰਡੀਅਨ ਮਦਰ ਵਾਂਟਸ ਹਰ ਚਾਈਲਡ ਟੂ ਟੱਚ ਹਰ ਡੈਸ਼ ਐਵਰੀ ਮਾਰਨਿੰਗ ਇੰਡੀਅਨ ਮਦਰ ਚਾਹਦੀ ਹੈ ਕਿ ਉਸ ਦਾ ਬੱਚਾ ਹਰ ਸਵੇਰੇ ਉਸ ਦੇ ਕੀ ਛੂਏ ਚਾਰ ਆਪਸ਼ਨ ਦਿੱਤੀਆਂ ਫੀਟ ਹੈਂਡ ਆਰਮ ਜਾਂ ਹੈਡ ਦਾ ਰਾਈਟ ਆਪਸ਼ਨ ਹੈ ਫੀਟ ਇੰਡੀਅਨ ਮਾਂ ਇਹ ਚਾਹਦੀ ਹੈ ਕਿ ਉਸ ਦਾ ਬੱਚਾ ਹਰ ਸਵੇਰ ਉਸ ਦੇ ਪੈਰਾਂ ਨੂੰ ਛੂਏ ਕੁਐਸਚਨ ਨੰਬਰ 2 ਕੁਐਸਚਨ ਨੰਬਰ 2 ਇੰਡੀਅਨ ਮਦਰ ਵਾਂਟਸ ਹਰ ਚਾਈਲਡ ਟੂ ਥਰੋ ਅ ਹੈਂਡਫੁਲ ਆਫ 옐ੋ ਡੈਸ਼ ਟੂ ਦਾ ਬਰਡਸ ਇੰਡੀਅਨ ਮਦਰ ਚਾਹਦੀ ਹੈ ਕਿ ਉਸ ਦਾ ਬੱਚਾ ਪੰਛੀਆਂ ਨੂੰ ਮੁਠੀ ਭਰ 옐ੋ rice pie ਸਾਨੂੰ ਚਾਰ ਆਪਸ਼ਨਸ ਦਿੱਤੀਆਂ ਬ੍ਰੈਡ ਰਾਈਸ ਕਾਰਨ ਤੇ ਸਨੇਕਸ ਸਨੈਕਸ ਤਾਂ ਆਪਣੀ রাইਟ ਆਪਸ਼ਨ ਹੈ ਬੀ ਰਾਈਸ ਮਦਰਸ ਡੇ ਇਸ सेलिब्रेटेड ਟੂ ਡੈਸ਼ ਅਵਰ ਮਦਰ ਮਦਰਸ ਡੇ ਸਾਡੀ ਮਾਤਾ ਦੀ ਕੀ ਚੀਜ਼ ਕਰਨ ਦੇ ਲਈ ਮਨਾਇਆ ਜਾਂਦਾ ਹੈ ਸੈਲੀਬ੍ਰੇਟ ਕੀਤਾ ਜਾਂਦਾ ਹੈ ਚਾਰ ਆਪਸ਼ਨ ਹੈ ਡਿਸਾਨਰ ਇਨਸਰਟ ਰਿਸਪੈਕਟ ਯਕ੍ਰਿਟਿਸਾਈਜ਼ ਤਾਂ ਇੱਥੇ ਰਾਈਟ ਆਪਸ਼ਨ ਹੈ ਰਿਸਪੈਕਟ ਮਾਤਾ ਨੂੰ ਰਿਸਪੈਕਟ ਦੇਣ ਦੇ ਲਈ ਮਨਾਇਆ ਜਾਂਦਾ ਹੈ ਨੰਬਰ 4 ਇੰਡੀਅਨ ਮਦਰ ਵਾਂਟਸ ਹਰ ਚਾਈਲਡ ਟੂ ਪੇ ਹਰ ਆਬੀਅਨ ਸੈਟ ਈਚ ਭਾਰਤੀ ਮਾਤਾ ਚਾਹੁੰਦੀ ਹੈ ਕਿ ਉਸ ਦਾ ਬੱਚਾ ਹਰ ਸਵੇਰ ਵੇਲੇ ਜਾਂ ਸ਼ਾਮ ਵੇਲੇ ਜਾਂ ਸਨਸੈਟ ਵੇਲੇ ਜਾਂ ਦੁਪਹਿਰ ਵੇਲੇ ਇਹਨਾਂ ਵਿੱਚੋਂ ਆਪਾਂ ਇੱਕ ਆਪਸ਼ਨ ਲੈਣੀ ਹੈ ਤਾਂ ਇੱਥੇ ਰਾਈਟ ਆਪਸ਼ਨ ਹੈ ਸਨਰਾਈਜ਼ ਤਾਂ ਇੰਡੀਅਨ ਮਦਰ ਇਹ ਚਾਹੁੰਦੀ ਹੈ ਕਿ ਉਸ ਦਾ ਬੱਚਾ ਸਨਰਾਈਜ਼ ਵੇਲੇ ਸਨਮਾਨ ਦੇ ਵਿੱਚ ਉਸ ਨੂੰ ਮੱਥਾ ਟੇਕ ਕੇ ਉਸ ਨੂੰ ਸਨਮਾਨ ਦਏ ਆਬੀਅੰਸ ਹੁੰਦਾ ਹੈ ਸਨਮਾਨ ਦੇਣਾ ਜਾਂ ਸਤਿਕਾਰ ਦੇ ਵਿੱਚ ਝੁਕਣਾ ਦਾ ਪੋਇਟ ਸੀਜ਼ ਡੈਸ਼ ਮੂਵਿੰਗ ਟੁਵਾਰਡਸ ਅ ਪੈਂਜੀ ਪਲਾਂਟ ਪੋਇਟ ਪੈਂਜੀ ਪਲਾਂਟ ਵੱਲ ਕਿਸ ਨੂੰ ਜਾਂਦੇ ਹੋਏ ਦੇਖਦਾ ਹੈ ਚਾਰ ਆਪਸ਼ਨਸ ਹੈ ਸਨੇਕ ਫਰੌਗ ਕੈਟਰਪੀਲਰ ਜਾਂ ਰੈਜ਼ਰਡ ਤਾਂ ਰਾਈਟ ਆਪਸ਼ਨ ਹੈ ਕੈਟਰਪੀਲਰ ਉਹ ਕੈਟਰਪੀਲਰ ਨੂੰ ਪੈਂਜੀ ਦੇ ਪਲਾਂਟ ਵੱਲ ਜਾਂਦੇ ਹੋਏ ਦੇਖਦਾ ਹੈ ਨੈਕਸਟ ਹੈ ਕੁਐਸਚਨ ਨੰਬਰ 6 ਦ ਪੋਇਟ ਹਿਅਰਸ ਡੈਸ਼ ਵਾਇਸਸ ਇਨ ਵਿੰਡਸ ਹਾਊਲ ਸਾਨੂੰ ਇੱਥੇ ਦੋ ਆਪਸ਼ਨਸ ਦਿੱਤੀਆਂ ਆ ਨੈਚਰਲ ਤੇ ਫ੍ਰੈਂਡਸ ਨੈਚਰਲ ਹੁੰਦਾ ਪੂਰਵਜ ਤਾਂ ਪੋਇਟ ਇਹ ਕਹਿੰਦਾ ਹੈ ਕਿ ਜਦੋਂ ਤੇਜ਼ ਹਵਾ ਚੱਲਦੀ ਹੈ ਤਾਂ ਉਸ ਦੇ ਵਿੱਚ ਉਹ ਆਪਣੇ ਪੂਰਵਜਾਂ ਦੀਆਂ ਆਵਾਜ਼ਾਂ ਸੁਣਦਾ ਹੈ ਤਾਂ ਰਾਈਟ ਆਪਸ਼ਨ ਹੈ ਨੈਚਰਲ ਨੈਕਸਟ ਹੈ ਇੰਡੀਅਨ ਮਦਰ ਵਾਂਟਸ ਟੂ ਕੀਪ 올 ਦਾ ਡੈਸ਼ ਅਵੇ ਫਰੋਮ ਹਰ ਚਿਲड्रन ਸਾਨੂੰ ਦੋ ਆਪਸ਼ਨ ਦਿੱਤੀਆਂ ਜੁਆਇਸ ਤੇ ਇਲਸ ਇਲਸ ਹੁੰਦੀਆਂ ਆ ਬੁਰੀਆਂ ਚੀਜ਼ਾਂ ਤਾਂ ਜਿਹੜੀ ਭਾਰਤੀ ਮਾਤਾ ਹੈਗੀ ਹੈ ਉਹ ਆਪਣੇ ਬੱਚਿਆਂ ਤੋਂ ਹਰ ਬੁਰਾਈਆਂ ਨੂੰ ਦੂਰ ਰੱਖਣਾ ਚਾਹੁੰਦੀ ਹੈ ਤੇ ਰਾਈਟ ਆਪਸ਼ਨ ਇਜ਼ ਇਲਸ ਦੇਖੋ ਸਾਨੂੰ ਕੁਝ ਸਟੇਟਮੈਂਟਸ ਦਿੱਤੀਆਂ ਹੋਈਆਂ ਆ ਪਰ ਸਟੇਟਮੈਂਟ ਪੜ੍ਹ ਕੇ ਦੱਸਣਾ ਹੈ ਕਿ ਸਟੇਟਮੈਂਟ ਟਰੂ ਹੈ ਜਾਂ ਫਾਲਸ ਹੈ ਤਾਂ ਸਟੇਟਮੈਂਟ ਇਜ਼ ਵੀ ਸ਼ੁੱਡ ਰਿਸਪੈਕਟ आवर ਮਦਰਸ ਵਨ ਸੇਜਰ ਸਾਨੂੰ ਆਪਣੀ ਮਦਰ ਦੀ ਸਾਲ ਦੇ ਵਿੱਚ ਇੱਕ ਦਿਨ ਰਿਸਪੈਕਟ ਕਰਨੀ ਚਾਹੀਦੀ ਹੈ ਇਹ ਬਿਲਕੁਲ ਫਾਲਸ ਹੈ Indian mother ਤਾਂ ਚਾਹਦੀ ਹੈ ਕਿ ਉਸ ਨੂੰ ਹਰ ਰੋਜ਼ ਰਿਸਪੈਕਟ ਮਿਲੇ ਨੈਕਸਟ ਹੈ Indian mother wants her child to kill birds and animals Indian mother ਚਾਹਦੀ ਹੈ ਕਿ ਉਸ ਦਾ ਬੱਚਾ ਪਸ਼ੂ ਪੰਛੀਆਂ ਨੂੰ ਮਾਰੇ ਇਹ ਬਿਲਕੁਲ ਫਾਲਸ ਹੈ ਕਿਉਂਕਿ Indian mother ਚਾਹਦੀ ਹੈ ਕਿ ਉਸ ਦੇ ਬੱਚੇ ਦੇ ਦਿਲ ਦੇ ਵਿੱਚ ਪਸ਼ੂ ਪੰਛੀਆਂ ਦੇ ਲਈ ਕਾਈਂਡ ਫੀਲਿੰਗਸ ਹੋਣ ਤੇ ਉਹ ਉਹਨਾਂ ਨੂੰ ਚੋਗਾ ਵੀ ਪਾਵੇ ਸੋ ਇਟ ਇਜ਼ ਫਾਲਸ ਐ ਇੰਡੀਅਨ ਮਦਰ ਇਜ਼ ਮੋਰ ਡਿਮਾਂਡਿੰਗ ਇੰਡੀਅਨ ਮਦਰ ਦੀ ਉਮੀਦ ਕੁਝ ਜ਼ਿਆਦਾ ਹੈ ਇਹ ਬਿਲਕੁਲ ਟਰੂ ਹੈ ਨੈਕਸਟ ਹੈ ਚਾਈਨੀਜ਼ ਹਾਊਸ ਆਫ ਡ੍ਰੀਮਸ ਇਜ਼ ਯੂਜ਼ਡ ਫਾਰ ਵਰਡ ਆਫ ਰਿਐਲਿਟੀ ਚਾਈਨੀਜ਼ ਹਾਊਸ ਆਫ ਡ੍ਰੀਮਸ ਨੂੰ ਰਿਐਲਿਟੀ ਦੀ ਦੁਨੀਆ ਦੇ ਲਈ ਵਰਤਿਆ ਜਾਂਦਾ ਹੈ ਇਹ ਬਿਲਕੁਲ ਫਾਲਸ ਹੈ ਕਿਉਂਕਿ ਚਾਈਨੀਜ਼ ਹਾਊਸ ਆਫ ਡ੍ਰੀਮਸ ਹੈ ਜਿਹੜਾ ਇਟ ਇਜ਼ ਵਰਡ ਆਫ ਇਮੇਜੀਨੇਸ਼ਨ ਇਹ ਤਾਂ ਕਲਪਨਾ ਦੀ ਦੁਨੀਆ ਹੈ ਸੋ ਇਹ ਫਾਲਸ ਹੈ। ਇਸ ਕੁਐਸਚਨ ਹੈ ਨੇਮ ਦਾ ਪੋਇਟ ਆਫ ਦਾ ਪੋਇਮ ਪੋਇਮ ਦਾ ਆਪਾ ਪੋਇਟ ਦੱਸਣਾ ਹੈ ਆਨਸਰ ਹੈ ਸ਼ਿਵ ਕੇ ਕੁਮਾਰ। ਇਸ ਕੁਐਸਚਨ ਹੈ ਵਟ ਇਜ਼ ਮੈਂਟ ਬਾਈ ਡਾਰਕ ਕੰਟੀਨੈਂਟ ਇਨ ਦਾ ਪੋਇਮ ਪੋਇਮ ਦੇ ਵਿੱਚ ਡਾਰਕ ਕੰਟੀਨੈਂਟ ਕਿਸ ਨੂੰ ਕਿਹਾ ਗਿਆ ਹੈ ਇੰਡੀਆ ਨੂੰ। ਨੈਕਸਟ ਹੂ ਇਜ਼ ਦਾ ਡੀਟੀ ਆਫ ਦਾ ਪੋਇਟ ਇਨ ਥਿਸ ਪੋਇਮ ਇਸ ਪੋਇਮ ਦੇ ਵਿੱਚ ਪੋਇਟ ਦੀ ਅ ਦੇਵਤਾ ਕੌਣ ਹੈ? ਆਨਸਰ ਹੈ ਮਦਰ। ਨੈਕਸਟ 기ਵਨ ਐਗਜ਼ੈਂਪਲ ਆਫ ਪਰਸੋਨਿਫਿਕੇਸ਼ਨ ਇਨ ਦਾ ਪੋਇਮ ਪੋਇਮ ਦੇ ਵਿੱਚ ਆਪਾਂ ਪਰਸੋਨਿਫਿਕੇਸ਼ਨ ਦੀ ਇੱਕ ਐਗਜ਼ੈਂਪਲ ਦੇਣੀ ਹੈ। ਪਰਸੋਨਿਫਿਕੇਸ਼ਨ ਇੱਕ ਫਿਗਰ ਆਫ ਸਪੀਚ ਹੈ। ਤਾਂ ਆਨਸਰ ਹੈ ਆਈ ਇਨਵੋਕ ਮਾਈ ਡੇਟੀ। ਮੈਂ ਆਪਣੀ ਦੇਵੀ ਨੂੰ ਪੁਕਾਰਦਾ ਹਾਂ। ਮੈਂ ਆਪਣੀ ਦੇਵੀ ਨੂੰ ਪ੍ਰਾਰਥਨਾ ਕਰਦਾ ਹਾਂ। ਨੈਕਸਟ ਕੁਐਸਚਨ ਨੰਬਰ 16 ਵੈਨ ਡਸ ਦਾ ਪੋਇਟ ਕਾਲ ਅਪਨ ਹਿਸ ਡਿਟੀ ਪੋਇਟ ਆਪਣੀ ਦੇਵੀ ਨੂੰ ਕਦੋਂ ਪੁਕਾਰਦਾ ਹੈ ਆਨਸਰ ਹੈ ਵੈਨ ਹੀ ਇਜ਼ ਅਮੀਜ਼ਡ অর ਫਰਾਈਟਨਡ ਜਦੋਂ ਉਹ ਹੈਰਾਨ ਹੈ ਪਰੇਸ਼ਾਨ ਹੈ ਜਾਂ ਉਹ ਡਰਿਆ ਹੋਇਆ ਹੈ ਨੈਕਸਟ ਹੂ ਬਰਾਟ ਅਸ ਇਨ ਥਿਸ ਵਰਡਸ ਸਾਨੂੰ ਇਸ ਦੁਨੀਆ ਵਿੱਚ ਕੌਣ ਲੈ ਕੇ ਆਇਆ ਤਾਂ ਆਨਸਰ ਹੈ आवर ਮਦਰ ਨੈਕਸਟ ਅਰੇਂਜ 올 ਦਾ ਵਰਡਸ ਇਨ ਅਲਫਾਬੈਟਿਕਲ ਆਰਡਰ ਸਾਨੂੰ ਬੇਟੇ ਇਹਦੇ ਵਿੱਚ 4 ਵਰਡ ਦਿੱਤੇ ਹੋਏ ਐ ਸਟ੍ਰਿੰਗ ਸਪੂਰੀਅਸ ਸਨਰਾਈਜ਼ ਐਂਡ ਸਮਟਾਈਮਸ ਅਸੀਂ ਇਹਨਾਂ ਨੂੰ ਡਿਕਸ਼ਨਰੀ ਆਰਡਰ ਦੇ ਵਿੱਚ ਲਗਾਉਣਾ ਐ ਹਾਂਜੀ ਬੇਟਾ ਇਹਨਾਂ ਵਰਡਸ ਨੂੰ ਡਿਕਸ਼ਨਰੀ ਆਰਡਰ ਵਿੱਚ ਲਾਉਣ ਦੇ ਲਈ ਅਸੀਂ ਸਭ ਤੋਂ ਪਹਿਲਾਂ ਇਹਨਾਂ ਦਾ ਫਰਸਟ ਲੈਟਰ ਦੇਖਦੇ ਹਾਂ ਫਰਸਟ ਲੈਟਰ ਸਾਰਿਆਂ ਦਾ ਹੀ ਐਸ ਐ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਸੈਕੰਡ ਲੈਟਰ ਦੇਖਣਾ ਐ ਪਹਿਲੇ ਦਾ ਹੈ ਟੀ ਦੂਸਰੇ ਦਾ ਪੀ ਤੀਸਰੇ ਦਾ ਯੂ ਤੇ ਚੌਥੇ ਦਾ ਓ ਫਿਰ ਆਪਾਂ ਇਹ ਦੇਖਣਾ ਐ ਜਦੋਂ ਆਪਾਂ ABC ਰੀਡ ਕਰਦੇ ਹਾਂ ਤਾਂ ਇਹਨਾਂ ਵਿੱਚੋਂ ਸਭ ਤੋਂ ਪਹਿਲਾਂ ਕੌਣ ਆਉਂਦਾ ਹੈ ਤਾਂ ਇਹਨਾਂ ਵਿੱਚ ਸਭ ਤੋਂ ਪਹਿਲਾਂ ਆਉਂਦਾ ਓ ਫਿਰ ਪੀ ਕਿਊ ਆਰ ਐਸ ਟੀ ਫਿਰ ਯੂ ਇਸ ਤਰ੍ਹਾਂ ਆ ਇਹਨਾਂ ਦਾ ਆਰਡਰ ਹੈ ਇਸ ਲਈ ਪਹਿਲੀ ਇਸ ਦੇ ਨਾਲ ਆਪਾਂ ਓ ਲਗਾਵਾਂਗੇ ਦੂਸਰੀ ਦੇ ਨਾਲ ਪੀ ਲਗਾਵਾਂਗੇ ਤੀਸਰੀ ਦੇ ਨਾਲ ਟੀ ਲਗਾਵਾਂਗੇ ਤੇ ਚੌਥੀ ਦੇ ਨਾਲ ਯੂ ਲਗਾਵਾਂਗੇ ਇਸ ਤਰੀਕੇ ਦੇ ਨਾਲ ਅਸੀਂ ਦੇਖਾਂਗੇ ਜਿਹਦੇ ਨਾਲ ਅਸੀਂ ਓ ਲਗਾਇਆ ਸੀ ਉਹ ਵਰਡ ਹੈ ਆਪਣਾ ਸਮਟਾਈਮਸ ਇਹ ਚਲਾ ਗਿਆ ਪਹਿਲੇ ਨੰਬਰ ਤੇ ਜਿਹਦੇ ਨਾਲ ਆਪਾਂ ਪੀ ਲਗਾਇਆ ਸੀ ਉਹ ਆ ਗਿਆ ਸਪੂਰੀਅਸ ਸੈਕਿੰਡ ਨੰਬਰ ਤੇ ਜਿਹਦੇ ਨਾਲ ਆਪਾਂ ਟੀ ਲਗਾਇਆ ਸੀ ਉਹ ਜਾਏਗਾ ਤੀਸਰੇ ਨੰਬਰ ਤੇ ਦੈਟ ਇਜ਼ ਸਟ੍ਰਿੰਗ ਜਿਹਦੇ ਨਾਲ ਆਪਾਂ ਯੂ ਲਗਾਇਆ ਸੀ ਉਹ ਜਾਏਗਾ ਚੌਥੇ ਨੰਬਰ ਤੇ ਸਨਰਾਈਜ਼ ਸੋ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਦਾ ਡਿਕਸ਼ਨਰੀ ਆਰਡਰ ਕਰਨਾ ਹੈ ਆਈ ਹੋਪ ਬੇਟਾ ਤੁਹਾਨੂੰ ਇਹ ਸਾਰੇ ਕੁਐਸਚਨ ਅਚੀ ਤਰ੍ਹਾਂ ਸਮਝ ਆ ਗਏ ਹੋਣਗੇ ਥੈਂਕ ਯੂ ਹੈਵ ਅ ਨਾਈਸ ਡੇ